ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝਾ ਮਾਲਵਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੁਰਦੁਆਰਾ ਟੋਬਾ ਭਾਈ ਸਾਲੂ ਜੀ ਦਾ ਇਤਿਹਾਸ ਪੇਸ਼ ਕਰਾਂਗੇ ਤੇ ਪੂਰੀ ਜਾਣਕਾਰੀ ਲੈਣ ਦੇ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਕਿਉਂਕਿ ਅਜਿਹੀਆਂ ਜਾਣਕਾਰੀ ਭਰਪੂਰ ਵੀਡੀਓਜ਼ ਅਸੀਂ ਤੋੜ ਲਿਆ ਕੇ ਆਨੇ ਹੀ ਰਹਿੰਨੇ ਆ ਤੇ ਸ਼ੁਰੂ ਕਰਦੇ ਹਾਂ ਗੌਰ ਕਰਿਓ ਇਹ ਸਥਾਨ ਗੁਰਦੁਆਰਾ ਟੋਬਾ ਭਾਈ ਸਾਲੂ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰੂ ਘਰ ਦੇ ਅਨੰਨ ਭਗਤ, ਸਿੱਧਕੀ ਸਿੱਖ ਸੇਵਾ ਦੇ ਪੁੰਜ, ਮਹਿਰਾਂ ਦੇ ਦਾਤੇ ਬਾਬਾ ਭਾਈ ਸਾਲੂ ਜੀ ਦਾ ਜਨਮ 14 ਅੱਸੂ ਸੰਮਤ 1611 ਮੁਤਾਬਕ 29 ਸਤੰਬਰ ਸਨ 1554 ਈਸਵੀ ਸੋਮਵਾਰ ਵਾਲੇ ਦਿਨ ਮਾਲਵੇ ਦੇ ਨਗਰ ਤੋਲਾ ਕਾਂਗੜ ਵਿਖੇ ਪਾਈ ਦਿਆਲਾ ਜੀ ਦੇ ਘਰ ਮਾਤਾ ਸੁਖਦੇਵੀ ਜੀ ਦੀ ਕੁੱਖੋਂ ਹੋਇਆ ਸੀ। ਜੋ ਪਹਿਲਾਂ ਹੀ ਸਖੀ ਸਰਵਰ ਦੇ ਉਪਾਦਕ ਸਨ ਤੇ ਬਾਅਦ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਗੁਰੂ ਕੇ ਸਿੱਖ ਬਣ ਗਏ ਮਾਤਾ ਪਿਤਾ ਜੀ ਵਾਪਸ ਕਾਰਮਜੀਠੇ ਚਲੇ ਗਏ ਅਤੇ ਪਾਈ ਸਾਹਿਬ ਜੀ ਗੁਰੂ ਜੀ ਦੇ ਹਜ਼ੂਰ ਰਹਿ ਕੇ ਸੇਵਾ ਸਿਮਰਨ ਵਿੱਚ ਜੁਟ ਗਏ ਬਾਬਾ ਜੀ ਨੇ ਨਗਰ ਨਿਰਮਾਣ ਹਿੱਤ 52 ਜਾਤਾਂ ਤੇ ਕਿਰਤੀਆਂ ਅਤੇ ਵਪਾਰੀਆਂ ਨੂੰ ਲਿਆ ਕੇ ਇੱਥੇ ਵਸਾਇਆ ਜਿਸ ਤੇ ਪੰਜਵੇਂ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਸ਼ਹਿਰ ਦਾ ਸਾਰਾ ਪ੍ਰਬੰਧ ਆਪ ਜੀ ਨੂੰ ਸੰਭਾਲ ਦਿੱਤਾ ਅੰਮ੍ਰਿਤ ਸਰੋਵਰ ਨੂੰ ਪੱਕਿਆ ਕਰਨ ਲਈ ਆਵਿਆ ਵਿੱਚ ਵਰਤਿਆ ਜਾਣ ਵਾਲਾ ਬਾਲਣ ਮੁੱਖ ਜਾਣ ਤੇ ਆਪ ਜੀ ਨੇ ਪੰਡੋਰੀ ਵੜੈਚ ਆਦਿ ਪੰਡਾ ਵਿੱਚ ਜਾ ਕੇ ਪਾਥੀਆਂ ਤੋਂ ਪੁੱਤਰ ਹੋਣ ਦਾ ਹੋਕਾ ਦੇ ਦਿੱਤਾ ਤੇ ਬਾਲਣ ਦੇ ਗड्ढे ਭਰ ਕੇ ਲੈ ਆਏ ਸਾਰੀ ਵਿਥਿਆ ਦਾ ਪਤਾ ਲੱਗਣ ਤੇ ਗੁਰੂ ਸਾਹਿਬ ਜੀ ਅਤੀ ਪ੍ਰਸੰਨ ਹੋ ਕੇ ਬਚਨ ਕਰਦੇ ਹਨ ਕਿ ਜੋ ਵੀ ਮਾਈ ਭਾਈ ਸ਼ਰਦਾ ਭਾਵਨਾ ਨਾਲ ਆਪ ਜੀ ਦੇ ਟੋਬੇ ਵਿੱਚ ਇਸ਼ਨਾਨ ਕਰੇਗਾ ਉਸ ਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ ਸੁੱਕੇ ਬੱਚੇ ਇਸ ਟੋਬੇ ਵਿੱਚ ਇਸ਼ਨਾਨ ਕਰਕੇ ਹਰੇ ਭਰੇ ਹੋ ਜਾਣਗੇ ਇਸ ਟੋਬੇ ਦੀ ਮਹਾਨਤਾ ਕੁਝ ਇਸ ਤਰ੍ਹਾਂ ਹੈ ਇਸ ਟੋਬੇ ਵਿੱਚ ਸ਼ਰਦਾ ਨਾਲ ਇਸ਼ਨਾਨ ਕਰਨ ਤੇ ਪੁੱਤਰ ਦੀ ਦਾਤ ਮਿਲਦੀ ਹੈ ਅਤੇ ਸੋਕੜੇ ਦੇ ਰੋਗੀ ਬੱਚੇ ਰਾਜੀ ਹੁੰਦੇ ਹਨ ਤੇ ਇਹ ਤਾਪ ਦੀ ਸਾਖੀ ਸੁਣ ਕੇ ਤੇ ਇਹ ਤਾਪ ਤੋਂ ਛੁਟਕਾਰਾ ਮਿਲਦਾ ਹੈ ਇਸ ਸਥਾਨ ਤੇ ਦਰਸ਼ਨ ਕਰਕੇ ਅੰਮ੍ਰਿਤਸਰ ਦੀ ਯਾਤਰਾ ਸਫਲ ਹੁੰਦੀ ਹੈ ਅਤੇ ਮਨ ਪਾਵਨ ਫਲ ਪ੍ਰਾਪਤ ਹੁੰਦਾ ਹੈ ਹਰ ਸਾਲ 14 ਅੱਸੂ ਨੂੰ ਸ਼੍ਰੀ ਦਰਬਾਰ ਸਾਹਿਬ ਕਮੇਟੀ ਵੱਲੋਂ ਸੇਵਕ ਕਮੇਟੀ ਗੁਰਦੁਆਰਾ ਟੋਬਾ ਪਾਈ ਸਾਲੋ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੀ ਦਾ ਜਨਮ ਉਤਸਵ ਬੜੀ ਧੂਮ-ਧਾਮ ਨਾਲ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਸੋ ਐਸੀ ਗੁਰਦੁਆਰਾ ਟੋਬਾ ਪਾਈ ਸਾਲੋ ਜੀ ਦਾ ਸੰਖੇਪ ਇਤਿਹਾਸ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਹੀ ਐਡਾ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਮਾਝਾ ਮਾਲਵਾ ਟੀਵੀ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਧੰਨਵਾਦ